सैनी सीगा जिहड़े जज सीगे इह जदों उन्हां दीआं कॉलां वी रिकॉर्ड करदा रिहा ते उन्हां नूं वी डराउंदा धमकाउंदा रिहा कि इन्ना गिरिया होया इनसान सीगा जिहड़ा इहनूं फड़ाऊगा असीं उहनूं 1,00,000 रुपए दा जिहड़ा इनाम आ उह वी देवांगे। साफ आ कि इह बालासर फार्म दे विच बादलां नाल लपोया होया क्योंकि जदों इह बादलां दे जिहड़ा अपना आका हुंदा ना विच अलादीन वाला जिन्नी हुंदा ਉਹ ਆਪਣੇ ਆਕਾ ਦੀ ਗੱਲ ਮੰਨਦਾ ਸੀਗਾ। ਸੋ ਇਹਦਾ ਜਿਹੜਾ ਆਕਾ ਉਹ ਬਾਦਲ ਆ ਬਾਦਲਾਂ ਦੇ ਕਹਿਣ 'ਤੇ ਪੰਜਾਬ ਦੀ ਨੌਜਵਾਨੀ ਦਾ ਧਾਰਨ ਕੀਤਾ। ਅੱਜ ਇਹ ਉੱਥੇ ਲੁਕਿਆ ਹੋਇਆ, ਅੱਜ ਇਹ ਉੱਥੇ ਜਾ ਕੇ ਤੁਸੀਂ ਇਹਨੂੰ ਫੜ ਲੈਣਾ। ਸੁਵੇਸ਼ ਸੈਣੀ KPS ਗਿੱਲ ਦਾ ਜਿਹੜਾ ਦੂਜਾ ਰੂਪ ਆ ਉਹਦਾ ਕੇਲਾ ਹੀ ਆ ਅਤੇ ਉਸਨੇ ਜੋ KPS ਗਿੱਲ ਨੇ ਪੂਰੇ ਪੰਜਾਬ ਦੇ ਵਿੱਚ ਨੌਜਵਾਨੀ ਦਾ ਧਾਰਨ ਕੀਤਾ ਉਹਦਾ ਕਿਤੇ ਵੀ ਲੁਕਿਆ ਨਹੀਂ ਹੋਇਆ। ਸਿੰਘ ਦੋ ਦੋ ਘੰਟੇ KPS ਗਿੱਲ ਦੇ ਦਫ਼ਤਰ ਦੇ ਬਾਹਰ ਸਾਈਨ ਕਰਦਾ ਹੁੰਦਾ ਸੀ ਵੀ ਜਿੰਨੇ ਕੁ ਉਹਨੇ ਫੇਕ ਐਨਕਾਊਂਟਰ ਕੀਤੇ ਆ ਵੀ ਉਹ ਵੀ ਉਹਨਾਂ ਦੇ ਮੈਂ ਸਾਈਨ ਕਰਦਾ ਵੀ ਉਹ ਫੋਨ ਕਰ ਦਿੰਦਾ ਹੁੰਦਾ ਸੀ KPS ਗਿੱਲ ਵੀ ਜੀ ਮੈਂ ਐਨਕਾਊਂਟਰ ਕਰਦੇ ਆ ਵੀ ਕੇਸ ਵੀ ਚੱਲ ਰਿਹਾ ਵਾ ਉਹਨਾਂ ਦਾ ਅਤੇ ਭਾਈ ਦਵਿੰਦਰ ਸਪਾਲ ਸਿੰਘ ਭੁੱਲਰ ਦੇ ਫਾਦਰ ਸਾਹਿਬ ਅਤੇ ਉਹਨਾਂ ਦੇ ਮਾਸੜ ਜੀ ਦਾ ਜਿਹੜਾ ਕੇਸ ਸਾਹਮਣੇ ਆਇਆ ਵਾ ਜਿਹਦੇ ਵਿੱਚ ਉਹ ਘਿਰ ਗਿਆ ਸੁਵੇਸ਼ ਸੈਣੀ। ਬਲਵੰਤ ਸਿੰਘ ਮੁਲਤਾਨੀ ਗਵਾਹ ਮਾਮਲੇ 'ਚ ਸਾਬਕਾ DGP ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਦਿਖਾਈ ਦੇ ਰਹੀਆਂ ਨੇ। ਸੁਮੇਧ ਸੈਣੀ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਆਏ ਦਿਨ ਹੀ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਵੀ ਸੁਮੇਧ ਸੈਣੀ ਦਾ ਕੋਈ ਸੁਰਾਗ ਨਹੀਂ ਮਿਲਿਆ। ਕਈ ਸਿੱਖ ਜਥੇਬੰਦੀਆਂ ਨੇ ਸੁਮੇਧ ਸਿੰਘ ਸੈਣੀ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਅਤੇ ਉਸਦੇ ਪੋਸਟਰ ਵੀ ਲਗਾਏ ਗਏ ਨੇ। ਦੂਜੇ ਪਾਸੇ ਯੂਥ ਅਕਾਲੀ ਦਲ ਅੰਮ੍ਰਿਤਸਰ ਨੇ ਸੁਮੇਧ ਸਿੰਘ ਸੈਣੀ ਨੂੰ ਗ੍ਰਿਫਤਾਰ ਕਰਾਉਣ ਵਾਲੇ ਨੂੰ 1,00,000 ਨਕਦੀ ਦਾ ਇਨਾਮ ਵੀ ਰੱਖਿਆ ਹੈ। ਯੂਥ ਅਕਾਲੀ ਦਲ ਦਾ ਕਹਿਣਾ ਹੈ ਕਿ ਪੁਲਿਸ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਲਈ ਬਾਦਲਾਂ ਦੇ ਹਰਿਆਣਾ ਫਾਰਮ 'ਤੇ ਛਾਪੇਮਾਰੀ ਕਰੇ ਕਿਉਂਕਿ ਉਹਨਾਂ ਨੂੰ ਸ਼ੱਕ ਹੈ ਕਿ ਸੁਮੇਧ ਸਿੰਘ ਸੈਣੀ ਨੂੰ ਬਾਦਲਾਂ ਨੇ ਪਨਾਹ ਦਿੱਤੀ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਲਈ ਉਸ ਨਾਲ ਲੁਕਣ ਮਿਚੀ ਦਾ ਖੇਡ ਖੇਡ ਰਹੀ ਹੈ। ਜਿਹੜਾ ਕਿਲਰ ਕੌਪ ਆ, ਜਿਹੜਾ ਪੰਜਾਬ ਦਾ ਐਕਸ DGP ਆ ਸੁਮੇਧ ਸੈਣੀ ਆ ਜਿਹੜਾ ਉਹ ਬਾਦਲ ਦੇ ਬਾਲਾਸਰ ਫਾਰਮ ਦੇ ਵਿੱਚ ਬੈਠਾ ਉੱਥੇ ਲੁਕਿਆ ਹੋਇਆ। ਪੰਜਾਬ ਪੁਲਿਸ ਨੂੰ ਅਪੀਲ ਕਰਦੇ ਹਾਂ ਕਿ ਉੱਥੋਂ ਜਾ ਕੇ ਫੜ ਲਿਆਓ ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਉਹਦੀ ਸੇਵਾ ਕਰ ਰਹੇ ਨੇ ਅਤੇ ਉਹ ਬੰਦੇ ਨੂੰ ਬਚਾ ਰਹੇ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਕਤਲੋਗਾਰਤ ਕੀਤੀ ਹੋਵੇ, ਪੰਜਾਬ ਦੇ ਨੌਜਵਾਨਾਂ ਦੇ ਖੂਨ ਦੇ ਨਾਲ ਉਹਦੇ ਹੱਥ ਰੰਗੇ ਹੋਣ, ਜਿਹਨੇ ਬਹਿਬਲ ਕਲਾਂ ਦੇ ਵਿੱਚ ਗੋਲੀਆਂ ਭਰਾਈਆਂ ਹੋਣ ਸਾਡੇ ਨਾਮ ਜਪਦੇ ਸਿੰਘਾਂ 'ਤੇ ਅਤੇ ਦੋ ਸਿੰਘ ਸ਼ਹੀਦ ਕੀਤੇ ਹੋਣ। ਇਸ ਤੋਂ ਬਾਅਦ ਹੋਰ ਵੀ ਜਿਹੜੇ ਇੱਥੋਂ ਤੱਕ ਕਿ ਜਿਹੜਾ ਸੁਵੇਸ਼ ਸੈਣੀ ਸੀਗਾ ਜਿਹੜੇ ਜੱਜ ਸੀਗੇ ਇਹ ਜਦੋਂ ਉਹਨਾਂ ਦੀਆਂ ਕੌਲਾਂ ਵੀ ਰਿਕਾਰਡ ਕਰਦਾ ਰਿਹਾ ਅਤੇ ਉਹਨਾਂ ਨੂੰ ਵੀ ਇਹ ਡਰਾਉਂਦਾ ਧਮਕਾਉਂਦਾ ਰਿਹਾ ਕਿ ਇੰਨਾ ਗਿਰਿਆ ਹੋਇਆ ਇਨਸਾਨ ਸੀਗਾ। ਸੋ ਅੱਜ ਇਹਨੂੰ ਫੜਨ ਦੇ ਲਈ ਜਿਹੜਾ ਯੂਥ ਅਕਾਲੀ ਦਲ ਅੰਮ੍ਰਿਤਸਰ ਆ ਜਿਹੜਾ ਇਹਨੂੰ ਫੜਾਊਗਾ ਅਸੀਂ ਉਹਨੂੰ 1,00,000 ਰੁਪਏ ਦਾ ਜਿਹੜਾ ਇਨਾਮ ਆ ਉਹ ਵੀ ਦੇਵਾਂਗੇ। ਅਤੇ ਦੂਜੀ ਗੱਲ ਇਹ ਆ ਕਿ ਇਹ ਸਾਰਿਆਂ ਨੂੰ ਸਾਫ ਆ ਕਿ ਇਹ ਬਾਲਾਸਰ ਫਾਰਮ ਦੇ ਵਿੱਚ ਬਾਦਲਾਂ ਨੇ ਲਪੋਇਆ ਹੋਇਆ ਕਿਉਂਕਿ ਜਦੋਂ ਇਹ ਬਾਦਲਾਂ ਦੇ ਜਿਹੜਾ ਆਪਣਾ ਆਕਾ ਹੁੰਦਾ ਨਾ ਵਿੱਚ ਅਲਾਦੀਨ ਵਾਲਾ ਜਿੰਨੀ ਹੁੰਦਾ ਉਹ ਆਪਣੇ ਆਕਾ ਦੀ ਗੱਲ ਮੰਨਦਾ ਸੀਗਾ। ਸੋ ਇਹਦਾ ਜਿਹੜਾ ਆਕਾ ਉਹ ਬਾਦਲ ਆ, ਇਹ ਬਾਦਲਾਂ ਲਈ ਕੌਮ ਦੀ ਕਤਲੋਗਾਰਤ ਕਰਦਾ ਰਿਹਾ ਅਤੇ ਅੱਜ ਤੱਕ ਇਹਨੇ ਬਾਦਲਾਂ ਦਾ ਹੀ ਧਾਰਨ ਕੀਤਾ, ਬਾਦਲਾਂ ਦੇ ਕਹਿਣ 'ਤੇ ਪੰਜਾਬ ਦੀ ਨੌਜਵਾਨੀ ਦਾ ਧਾਰਨ ਕੀਤਾ। ਅੱਜ ਇਹ ਉੱਥੇ ਲੁਕਿਆ ਹੋਇਆ, ਅੱਜ ਇਹ ਉੱਥੇ ਜਾ ਕੇ ਤੁਸੀਂ ਇਹਨੂੰ ਫੜ ਲੈਣਾ। ਸੁਵੇਸ਼ ਸੈਣੀ KPS ਗਿੱਲ ਦਾ ਜਿਹੜਾ ਦੂਜਾ ਰੂਪ ਆ ਉਹਦਾ ਕੇਲਾ ਹੀ ਆ ਅਤੇ ਉਸਨੇ ਜੋ KPS ਗਿੱਲ ਨੇ ਪੂਰੇ ਪੰਜਾਬ ਦੇ ਵਿੱਚ ਨੌਜਵਾਨੀ ਦਾ ਧਾਰਨ ਕੀਤਾ ਉਹਦਾ ਕਿਤੇ ਵੀ ਲੁਕਿਆ ਨਹੀਂ ਹੋਇਆ। ਉਹ ਤੋਂ ਪਹਿਲਾਂ ਬੇਅੰਤ ਸਿੰਘ ਦੇ ਥਰੂ ਜਿਹੜਾ ਹੋਇਆ ਉਹ ਵੀ ਕਿਤੇ ਲੁਕਿਆ ਨਹੀਂ ਹੋਇਆ। ਬੇਅੰਤ ਸਿੰਘ ਦੋ ਦੋ ਘੰਟੇ KPS ਗਿੱਲ ਦੇ ਦਫ਼ਤਰ ਦੇ ਬਾਹਰ ਸਾਈਨ ਕਰਦਾ ਹੁੰਦਾ ਸੀ ਵੀ ਜਿੰਨੇ ਕੁ ਉਹਨੇ ਫੇਕ ਐਨਕਾਊਂਟਰ ਕੀਤੇ ਆ ਵੀ ਉਹ ਵੀ ਉਹਨਾਂ ਦੇ ਮੈਂ ਸਾਈਨ ਕਰਦਾ ਵੀ ਉਹ ਫੋਨ ਕਰ ਦਿੰਦਾ ਹੁੰਦਾ ਸੀ KPS ਗਿੱਲ ਵੀ ਜੀ ਮੈਂ ਐਨਕਾਊਂਟਰ ਕਰਦੇ ਆ ਵੀ ਇੰਨੇ ਇੰਨੇ ਐਨਕਾਊਂਟਰ ਕਰਦੇ ਅਤੇ ਦੇਖ ਲਓ ਤੁਸੀਂ ਇੱਕ ਵੀ ਇੱਕ ਮਹੀਨੇ ਦੇ ਵਿੱਚ ਕਿੰਨੇ ਕੁ ਐਨਕਾਊਂਟਰ ਕਰ ਦੇਣਗੇ। ਜਿਹੜਾ 2 ਘੰਟੇ ਉਹਨੂੰ ਉੱਥੇ ਬਹਿਣਾ ਪੈਂਦਾ ਸੀ ਬੇਅੰਤ ਸਿੰਘ ਨੂੰ ਉਹਦੇ ਦਫ਼ਤਰ ਦੇ ਵਿੱਚ ਆ ਕੇ ਸਾਈਨ ਕਰਨ ਲਈ ਅਤੇ ਉਹਦਾ ਹੀ ਕਦਮਾਂ 'ਤੇ ਚੱਲਦਾ, ਨਕਸ਼ੇ ਕਦਮਾਂ 'ਤੇ ਚੱਲਦਾ ਕਿ ਜਿਹੜਾ ਸੁਵੇਸ਼ ਸੈਣੀ ਆ ਇਹਨੇ ਵੀ ਉਵੇਂ ਕੀਤੇ। ਪਰ ਮੇਨ ਜਿਹੜੇ ਵੀ ਆਏ ਉਹ ਬਲਵੰਤ ਸਿੰਘ ਜਿਹੜੇ ਸੀਗੇ ਜਿਨ੍ਹਾਂ ਦਾ ਹੁਣ ਵੀ ਕੇਸ ਵੀ ਚੱਲ ਰਿਹਾ ਵਾ ਉਹਨਾਂ ਦਾ ਅਤੇ ਭਾਈ ਦਵਿੰਦਰ ਸਪਾਲ ਸਿੰਘ ਭੁੱਲਰ ਦੇ ਫਾਦਰ ਸਾਹਿਬ ਅਤੇ ਉਹਨਾਂ ਦੇ ਮਾਸੜ ਜੀ ਦਾ ਜਿਹੜਾ ਕੇਸ ਸਾਹਮਣੇ ਆਇਆ ਵਾ ਜਿਹਦੇ ਵਿੱਚ ਉਹ ਘਿਰ ਗਿਆ ਸੁਵੇਸ਼ ਸੈਣੀ, ਜਿਹੜੇ ਕੇਸ ਦੇ ਵਿੱਚ ਉਹ ਫਸ ਗਿਆ ਇਸ ਵਕਤ ਅਤੇ ਹੁਣ ਉਹ ਇਸ ਵਕਤ ਪੁਲਿਸ ਤੋਂ ਭਗੌੜਾ ਵਾ ਉਹ ਭਗੌੜਾ ਵਾ ਅਤੇ ਇਸ ਕਰਕੇ ਅਸੀਂ ਅੱਜ ਜਿਹੜੇ ਪੋਸਟਰ ਅਸੀਂ ਸਰਕਾਰ ਦੀ ਮਦਦ ਕਰਨ ਲਈ ਬਣਾਏ ਆ। ਇਹਦੇ ਵਿੱਚ ਅਸੀਂ ਇਹੀ ਦੱਸਿਆ ਵੀ ਜਿਹੜਾ ਇਹ ਭਗੌੜਾ ਵਾ ਇਹਨੂੰ ਫੜਿਆ ਜਾਵੇ। ਪਹਿਲਾਂ ਦਲ ਖਾਲਸਾ ਨੇ ਜਿਹੜਾ ਪ੍ਰੋਗਰਾਮ ਮੁਹਿੰਮ ਚਲਾਈ ਆ ਪਰ ਉਹਦੇ ਉੱਤੇ ਜਿਹੜਾ ਅੰਮ੍ਰਿਤਸਰ ਪੁਲਿਸ ਨੇ ਜਾਣ ਕੇ ਹੈਲਪਲਾਈਨ ਦੇ ਨੰਬਰ ਲਾਏ
असं उन्होंने भी एक यही कहना चाहते हैं बई जेडे ये तुम हेल्पलाइन के उपर जाके झूठे भी लाते हैं भी हेल्प भी सानू मदद ही कर जाए यह पोस्टर लुका थोड़ा जोड़ा ये हूँ थोड़ा साथी नहीं है एक मुजरम आ जिमें तुम बाकियों देखते हो जिमें साडी नौजवानी वेखते हो भी ये मुजरम ने भी ये एक अपना वखरा घर मंगते आ उस तरह इस बंद वेख्या जाए जिसे 302 का हूँ केस चल रहा जेड सुरक्षा उ जी जी पुलिस उन्होंने पूरा पूरा साथ दे रही है जी पुलिस उन्होंने साथ दे रही है पुलिस उन्होंने पूरी हेल्प कर रही है क्योंकि उन्होंने तो बिना कितने जा ही नहीं सकता सगा जब उन्होंने एक पल पल का उन्होंने ध्यान रखा जा रहा है फिर पुलिस जेड सिक्योरिटी चो किमें निकल गया हूँ भी वो दो चार भी होगी सुरक्षा होगी भी जे जे पुलिस चाहे तो उन्होंने फड़ सकती है पर नहीं चाहते भी उन्होंने फड़िया जाए सारे व्डा सबूत तो यही आ बई जब दल खालसा वालों पोस्टर लाए गए पुलिस ने वो उपर अपने पोस्टर छपाते वो हजे भी उन्होंने अपना साथी मानते हैं असं उन्होंने यही बेनती करना चाहते हैं भी वो थोड़ा हूँ साथी नहीं रहा वो एक मुलजम है उन्होंने मुलजम की तरह देखा जाए इस तो अलावा उन्होंने कहना है कि समेत सिंह सैनी के परिवारक मैंबर से उन्होंने रिश्तेदार हिरासत में लिया जाए ता जो उन्होंने पुछगिछ की जाए तो समेत सिंह सैनी का पासपोर्ट भी जब्त किया जाए ता जो वह विदेश ना भज सके फतेहगढ़ साहब तो रजिंदर भट्ट की रिपोर्ट D5 चैनल पंजाबी D5 चैनल पंजाबी हमें सबसक्राइब करो बैल आइकन पर क्लिक करो। इतों तक कि जोड़ा स्वेय सैनी सीगा जोड़े जज से जलों उन्होंने कॉलों भी रिकॉर्ड करता रहा उन्होंने भी यह डरा धमका रहा कि इन्ना गिरया हुआ इंसान सीगा जोड़ा इनू फड़ाऊगा असी 1,00,000 रुपए का जो इनाम आ भी देवे साफ है कि बालासर फार्म के बादलों ने लुकोया हुआ क्योंकि जदों ये बादलों के जोड़ा अपना आका होंगे ना अलादीन वाला जिनी हों अपने आका की गल मानता सीगा सो यदा जोड़ा आका वो बादल आ बादलों के कहने पर पंजाब की नौजवानी का धान किया अज ये उत्थे लुकया हुआ अज ये उत्थे जाके फड़ लैन। सुवेद सैनी KPS गिल का जोड़ा दूजा रूप है वह चेला ही आ उसने जो KPS गिल ने पूरे पंजाब दे विच नौजवानी का घाण किया वह कदे भी लुकया नहीं होया सिक दो घंटे KPS गिल के दफ्तर के बाहर साइन कर दिता भी जिन्हें कि उन्हें फेक एनकाउंटर किए भी उन्होंने भी साइन करना भी फोन कर दिता हूँ KPS गिल भी जी मैं एनकाउंटर करते केस है भी चल रहा वा उन्होंने तो भाई दविंदर सुखपाल सिंह भुल्लर के फादर साहब से उन्होंने मास्टर जी का जोड़ा केस सामने आया वा जिदे घिर गया स्वेद सैनी